ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬੇਬੇ ਨਾਨਕੀ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਤੇ ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਬੇਬੇ ਨਾਨਕੀ ਚੈਰੀਟੇਬਲ ਟਰੱਸਟ ਵੱਲੋਂ ਅਤੇ ਗੁਰਦੁਆਰਾ ਬੇਬੇ ਨਾਨਕੀ ਜੀ ਵੱਲੋਂ ਸਜਾਇਆ ਗਿਆ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦਾ ਇੱਕ ਅਨੋਖਾ ਹੀ ਨਜ਼ਾਰਾ ਸੀ। ਜਦੋਂ ਗੁਰਦੁਆਰਾ ਬੇਬੇ ਨਾਨਕੀ ਤੋਂ ਬੋਲੇ ਸੋਹਣੇ ਹਾਲ ਦੇ ਨਾਰਿਆਂ ਦੇ ਨਾਲ ਇਹ ਨਗਰ ਕੀਰਤਨ ਆਰੰਭਿਆ, ਉਸ ਉਪਰੰਤ ਰਾਮਗੜੀਆ ਚੌਂਕ, ਦਾਣਾ ਮੰਡੀ, ਰੇਲਵੇ ਸਟੇਸ਼ਨ ਰੋਡ, ਚੌਂਕ ਚੌਲੀਆ, ਸਦਰ ਬਾਜ਼ਾਰ, ਥਾਣਾ ਰੋਡ, ਗੁਰਦੁਆਰਾ ਬੇਰ ਸਾਹਿਬ ਤੋਂ ਹੁੰਦਿਆਂ ਹੋਇਆ ਇਹ ਨਗਰ ਕੀਰਤਨ ਮੁੜ ਬੇਬੇ ਨਾਨਕੀ ਗੁਰੂ ਘਰ ਆ ਸਮਾਪਤ ਹੋਇਆ। ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਅਲੱਗ ਅਲੱਗ ਪ੍ਰਕਾਰ ਦੇ ਲੰਗਰ ਲੱਗੇ ਹੋਏ ਸਨ, ਉੱਥੇ ਹੀ ਗੱਤਕੇ ਦੇ ਜ਼ੋਹਰ ਵੀ ਵੇਖਣ ਨੂੰ ਮਿਲੇ ਤੇ ਸਮੂਹ ਇਲਾਕਾ ਨਿਵਾਸੀਆਂ ਨੇ ਸ਼ਹਿਰ ਦੀ ਸੰਗਤ ਨੇ ਇਸ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਅਤੇ ਕੀਰਤਨੀਏ ਜਥੇ ਅਤੇ ਰਾਗੀ ਸਿੰਘਾਂ ਨੇ ਆਪਣੇ ਇਲਾਹੀ ਕੀਰਤਨ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਸਾਰੇ ਨਗਰ ਕੀਰਤਨ ਬਾਰੇ ਪ੍ਰਬੰਧਕ ਗੁਰਮੀਤ ਸਿੰਘ ਵਿਰਦੀ ਨੇ ਆਖਿਰ ਕੀ ਕੁਛ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬੇਬੇ ਨਾਨਕੀ ਵੱਲੋਂ ਕੱਢਿਆ ਜਾ ਰਿਹਾ ਹੈ। ਇਸ ਨਗਰ ਕੀਰਤਨ ਵਿੱਚ ਹਰ ਸਾਲ ਦੀ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਦੂਰ ਦੂਰ ਸੰਗਤ ਬੇਬੇ ਨਾਨਕੀ ਦੇ ਜਨਮ ਦਿਨ ਮਨਾਉਣ ਦੇ ਲਈ ਸੁਲਤਾਨਪੁਰ ਲੋਧੀ ਵਿੱਚ ਪੁੱਜੇ ਹੋਏ ਨੇ। ਇਹ ਨਗਰ ਕੀਰਤਨ ਸਵੇਰੇ ਸੁਲਤਾਨਪੁਰ ਲੋਧੀ ਦੇ ਸਥਿਤ ਗੁਰਦੁਆਰਾ ਬੇਬੇ ਨਾਨਕੀ ਤੋਂ ਚੱਲ ਕੇ ਸਮੂਹ ਗੁਰਦੁਆਰਿਆਂ ਦੇ ਦਰਸ਼ਨ ਕਰਦਾ ਹੋਇਆ ਸੁਲਤਾਨਪੁਰ ਲੋਧੀ ਪ੍ਰਗਮਿਆ ਕਰਦਾ ਹੋਇਆ ਮੁੜ ਕੇ ਸ਼ਾਮ 6 ਵਜੇ ਕਰੀਬ ਗੁਰਦੁਆਰਾ ਬੇਬੇ ਨਾਨਕੀ ਵਿਖੇ ਸਮਾਪਤ ਹੋਏਗਾ। ਤਾਂ ਅਸੀਂ ਬਹੁਤ ਧੰਨਵਾਦੀ ਹਾਂ ਕਿ ਗੁਰਦੁਆਰੇ ਨੂੰ ਵੀ ਆਇਆ ਸਾਨੂੰ ਪੂਰੇ ਇਲਾਕੇ ਭਰ ਦੀਆਂ ਧਾਰਮਿਕ ਜਥੇਬੰਦੀਆਂ, ਸੇਵਾ ਸੰਸਥਾਵਾਂ, ਗੁਰਦੁਆਰੇ, ਮੰਦਰ ਬਿਨਾਂ ਧਰਮ ਦੇ ਭੇਦਭਾਵ ਤੋਂ ਨਗਰ ਕੀਰਤਨ ਜਿਆ ਆਖਦੇ ਹਨ। ਮੈਂ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਟਰੱਸਟ ਵੱਲੋਂ ਹਾਰਦਿਕ ਧੰਨਵਾਦ ਕਰਦਾ। ਬੇਬੇ ਨਾਨਕੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦੇਣਾ। ਤਾਂ ਮੈਂ ਇੱਕ ਵਾਰ ਫਿਰ ਆਪ ਜੀ ਨੂੰ ਸੁਲਤਾਨਪੁਰ ਲੋਧੀ ਪਹੁੰਚਣ ਦੇ ਸਮੂਹ ਸੰਗਤ ਨੂੰ ਵਧਾਈ ਦੇਣਾ ਹੈ। ਅਤੇ ਜੋ 5.5 ਸਾਲਾਂ ਗੁਰੂ ਨਾਨਕ ਦੇਵ ਜੀ ਦਾ ਸਾਡੇ ਆ ਰਿਹਾ ਹੈ ਉਸਦੀ ਸ਼ੁਰੂਆਤ ਹੋ ਚੁੱਕੀ ਹੈ। ਅਤੇ ਅਸੀਂ ਤੁਰਨ ਸੰਗਤ ਨੂੰ ਵਿਸ਼ਵਾਸ ਮੰਨੇ ਹਾਂ, ਆਸ ਮੰਨੇ ਹਾਂ ਕਿ ਬਾਬੇ ਬੇਬੇ ਨਾਨਕੀ ਦੇ ਘਰ ਵੱਲੋਂ ਹਰ ਤਰ੍ਹਾਂ ਦੀ ਸੰਗਤ ਨੂੰ ਸਹੂਲਤ ਦਿੱਤੀ ਜਾਊਗੀ। ਜੋ ਬੇਬੇ ਨਾਨਕੀ ਦਾ ਜਨਮ ਦਿਹਾੜਾ 4 ਰੋਜ਼ਾ ਜਨਮ ਦਿਹਾੜਾ ਚੱਲ ਰਹੇ ਨੇ ਉਸ ਸੰਬੰਧ ਵਿੱਚ ਅੱਜ ਨਗਰ ਕੀਰਤਨ 3 ਦਿਨ ਦੇ ਕਰੀਬ ਨਗਰ ਕੀਰਤਨ ਕੱਢੇ ਜਾ ਰਹੇ ਨੇ। ਅਤੇ ਸ਼ਾਮ ਨੂੰ ਬਹੁਤ ਭਾਰੀ ਕੀਰਤਨ ਦੁਬਾਰਾ ਹੋਵੇਗਾ ਕਿਉਂਕਿ ਸ਼ਾਮ 6 ਵਜੇ ਤੋਂ ਚੱਲ ਕੇ ਪੂਰੀ ਰਾਤ 6-12 ਵਜੇ ਤੱਕ ਕੀਰਤਨ ਦਾ ਸਮਾਪਤ ਹੋਵੇਗਾ। ਉਸ ਤੋਂ ਬਾਅਦ ਫਿਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਕੀਰਤਨ ਦਰਬਾਰ ਸਜੇਗਾ। ਕੀਰਤਨ ਦਰਬਾਰ ਤੋਂ ਬਾਅਦ ਗੁਰੂ ਅਤੇ ਸਮੂਹ ਸਤਸੰਗਤ ਲੋੜਵੰਦ ਸੱਜਣਾਂ ਨੂੰ ਅੰਮ੍ਰਿਤ ਛਕਾਇਆ ਜਾਏਗਾ। ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਇਸ ਬੇਬੇ ਨਾਨਕੀ ਦੇ ਜਨਮ ਦਿਨ ਦੇ ਦਾਹਾ ਦਿੰਦੇ ਹੋਏ ਆਪਾਂ ਗੁਰੂ ਨਾਲ ਜੁੜੀਏ। ਸੋ ਇੱਕ ਵਾਰੀ ਫਿਰ ਇਸ ਮਹਾਨ ਪੁਰਬ ਦੀਆਂ ਬੇਬੇ ਨਾਨਕੀ ਦੇ ਜਨਮ ਪੁਰਬ ਦੀਆਂ ਮੈਂ ਆਪਣੀ ਵੱਲੋਂ, ਆਪਣੀ ਸੰਗਤ ਵੱਲੋਂ, ਆਪਣੇ ਟਰੱਸਟ ਵੱਲੋਂ ਗੁਰਮੀਤ ਸਿੰਘ ਸੈਕਟਰੀ ਵਿਧੀ ਦੇ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਨਰੇ ਸਾਹਿਬ ਨੂੰ ਇੱਕ ਵਾਰੀ ਫਿਰ ਤੱਕ ਤੱਕ ਵਧਾਈ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਾਡੇ ਇਤਿਹਾਸਿਕ ਦਿਹਾੜੇ, ਸਾਡੇ ਪ੍ਰਕਾਸ਼ ਪੁਰਬ, ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਹਰ ਵਸਤਾਂ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੀਆਂ ਨੇ ਤੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਸ਼ਖਸੀਅਤਾਂ ਹੈ ਨੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਕਦੋਂ ਨੇ, ਉਹਨਾਂ ਦੇ ਸ਼ਹੀਦੀ ਪੁਰਬ ਕਦੋਂ ਨੇ ਤੇ ਉਹਨਾਂ ਦੇ ਪਿੱਛੇ ਦੀਆਂ ਅਸਲ ਸੱਚਾਈਆਂ ਕੀ ਨੇ, ਕਹਾਣੀਆਂ ਕੀ ਨੇ, ਤਾਂ ਜੋ ਸਾਡੇ ਬੱਚਿਆਂ ਨੂੰ ਆਪਣੇ ਵਿਲੱਖਣ ਇਤਿਹਾਸ ਬਾਰੇ ਪਤਾ ਹੋਵੇ। ਤੇ ਨਾਲ ਹੀ ਇੱਕ ਹੋਰ ਅਪੀਲ ਕਰਨੀ ਚਾਹਾਂਗੇ ਕਿ ਸਾਡੇ ਇਤਿਹਾਸਿਕ ਧਰੋਹਰਾਂ ਜਿਹੜੀਆਂ ਹੈ ਨੇ ਉਹ ਅੱਜ ਢਹਿ ਢੇਰੀ ਕੀਤੀਆਂ ਜਾ ਰਹੀਆਂ ਨੇ। ਜਿੱਦਾਂ ਦਰਸ਼ਨੀ ਡਿਓੜੀ ਤਰਨ ਤਾਰਨ ਸਾਹਿਬ ਵਿਖੇ ਢਹਿ ਢੇਰੀ ਕੀਤੀ ਗਈ, ਇਹ ਸਿਰਫ ਇੱਕ ਮਸਲਾ ਨਹੀਂ, ਇਸ ਦੇ ਨਾਲ ਦੇ ਹੋਰ ਬਹੁਤ ਮਸਲੇ ਨੇ ਜੋ ਬਹੁਤ ਜਲਦ ਅਸੀਂ ਗੁਰਬਾਣੀ ਅਖੰਡ ਬਾਣੀ ਤੇ ਉਜਾਗਰ ਕਰਾਂਗੇ। ਪਰ ਅਸੀਂ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਕਿ ਜੇਕਰ ਤੁਹਾਡੇ ਨੇੜੇ ਤੇੜੇ
ਨੇੜੇ ਵੀ ਕੋਈ ਇਤਿਹਾਸਿਕ ਇਮਾਰਤ ਹੈ, ਤੁਹਾਨੂੰ ਲੱਗਦਾ ਹੈ ਕਿ ਸਿੱਖ ਕੌਮ ਦੀ ਉਹ ਵਿਰਾਸਤ ਹੈ, ਤਾਂ ਉਸ ਨੂੰ ਢਹਿ ਢੇਰੀ ਨਾ ਹੋਣ ਦਿੱਤਾ ਜਾਵੇ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪਨੀਰੀਆਂ, ਆਉਣ ਵਾਲੀਆਂ ਪੀੜ੍ਹੀਆਂ ਦੇਖ ਸਕਣ, ਸਿੱਖ ਸਕਣ ਕਿ ਸਾਡਾ ਇਤਿਹਾਸ ਕਿੱਦਾਂ ਦਾ ਸੀ, ਸਾਡੇ ਗੁਰਾਂ ਵੇਲੇ ਦੀਆਂ ਇਮਾਰਤਾਂ ਕਿੱਦਾਂ ਦੀਆਂ ਸੀ। ਉਮੀਦ ਕਰਦਾ ਤੁਸੀਂ ਇਸ ਮੁਹਿੰਮ ਦੇ ਵਿੱਚ ਸਾਡਾ ਸਾਥ ਜ਼ਰੂਰ ਦੇਵੋਗੇ। ਗੁਰਬਾਣੀ ਅਖੰਡ ਬਾਣੀ ਵਾਸਤੇ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।